सब्सक्राइब करो NC7 न्यूज नो ते लेटेस्ट अपडेट पाने लिए प्रेस करो बेल आइकन। बुलेटिन की शुरुआत करते हैं देश की राजधानी दिल्ली तो। राजधानी दिल्ली नूं दहलाउण दी साजिश नूं दिल्ली पुलिस ने नाकाम कर दिता। पुलिस दे स्पेशल सेल ने एनकाउंटर तो बाद ISIS दे एक अतवादी नूं गिरफ्तार किया। पुलिस अते अतवादी विचकार मुठभेड़ हुई, कई राउंड फायर हुए अते आखिर पुलिस ने नवी दिल्ली दे तौला कुल्ला कोलों ISIS दे एक अतवादी नूं गिरफ्तार कर लिया। गिरफ्तार अतवादी कोलों IED विस्फोटक भी मिलिया है जिस नूं नष्ट किया जा रहा है। मुकाबला तौला कुल्ला तो करोल बाग दरमियान रास्ते च रिज रोड ते होया। गिरफ्तार किए गए अतवादी का नाम अबू यूसुफ दसिया जा रहा है। दरअसल दिल्ली पुलिस की स्पेशल सेल ने कल देर रात ऑपरेशन शुरू किया सी जो सवेर तक जारी रहा। सूबे 31 अगस्त तक नवीं तालाबंदी पाबंदियां दे ऐलान तो एक दिन बाद पंजाब दे मुख्यमंत्री कैप्टन अमरिंदर सिंह दे वल्लों शुक्रवार नूं व्याह ते भोग समागमां तो इलावा 5 तो ज्यादा व्यक्तियां दी शमूलियत वालियां सारियां सभावां ते रोक लाउण लई धारा 144 लागू करन दे हुक्म दित्ते गए ने। मुख्यमंत्री दे वल्लों चेतावनी दित्ती गई कि पंजाब दे लोकां दी जान बचाउण अते कोविड दी रोकथाम दे लई जेकर जरूरत पई तां 31 अगस्त तों बाद होर सख्त कदम भी चुके जाणगे। 3 सितंबर नूं डॉक्टर दस्सदे ने कि जिहड़े हुण मैं तुहानूं दस्सिया कि 35,000 बंदा अज हॉस्पिटल च है, अज करोना दे नाल लग्या होया है। 3 सितंबर नूं इह 64,000 हो जाणा है और 18 सितंबर नूं 118,000 हो जाणा है। जिहड़े अज मौतां मैं तुहानूं दस्सियां ने कि साडे कोल इत्थे 957 ने, इह 3 सितंबर नूं 1721 हो जाणियां ने और अगे 18 तरीक नूं 3148। ਹੁਣ ਇਹਦਾ ਫਾਇਦਾ ਹੈ ਦੱਸੋ ਮੈਨੂੰ, ਕੌਣ ਮਰਦਾ ਹੈ? ਪੰਜਾਬੀ ਮਰਦਾ ਹੈ। ਕੌਣ ਬਿਮਾਰ ਹੁੰਦਾ? ਪੰਜਾਬੀ ਬਿਮਾਰ ਹੁੰਦਾ। ਸਾਡੇ ਲੋਕ, ਪੰਜਾਬ ਦੇ ਲੋਕ, ਸਾਡੇ ਭੈਣ, ਸਾਡੇ ਭਾਈ, ਸਾਡੇ ਹੋਰ ਬਜ਼ੁਰਗ, ਸਾਡੇ ਹੋਰ ਬੱਚੇ ਸਾਰੇ, ਉਹਨਾਂ ਵਾਸਤੇ ਆਪਾਂ ਇਹ ਨਹੀਂ ਕਰ ਸਕਦੇ। ਔਰ ਦੇਖੋ ਇਸ ਨੂੰ, ਇਹ ਲਾਈਨ ਕੈਸੇ ਜਾ ਰਹੀ ਹੈ ਉੱਪਰ ਨੂੰ, ਇਹ ਹਾਲੇ ਥੱਲੇ ਨਹੀਂ ਆਈ। ਇਹ ਐਸਾ 18 ਸਪਟੈਂਬਰ ਤੋਂ ਬਾਅਦ ਉੱਪਰ ਨੂੰ ਜਾ ਰਹੀ ਹੈ। ਅੱਗੇ ਇਹ ਆਂਕੜੇ ਹੋਰ ਵੱਧ ਜਾਣੇ ਨੇ ਅੱਗੇ ਨੂੰ ਅਗਰ ਆਪਾਂ ਕਦਮ ਨਹੀਂ ਚੱਕਿਆ। ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ, ਇਹ ਕੋਵਿਡ ਫਤਿਹ ਮਿਸ਼ਨ ਦੀ ਕਿਤਾਬ ਹੈ ਕੱਲ੍ਹ ਵਾਲੀ, ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਰੱਬ ਦੇ ਵਾਸਤੇ ਤੁਸੀਂ ਮੇਰੇ ਅੱਖ ਲੱਗੋ ਔਰ ਆਪਣੇ ਮਾਸਕ ਪਾਓ, ਹੱਥ ਧੋ। ਔਰ ਇਹ ਜਿਹੜੇ ਕਦਮ ਅਸੀਂ ਹੁਣ ਅੱਜ ਐਲਾਨ ਕਰ ਰਹੇ ਹਾਂ ਸਰਕਾਰ ਵੱਲੋਂ, ਕੁਛ ਸਖਤੀ ਕਰ ਰਹੇ ਹਾਂ। ਔਰ ਮੈਂ ਤੁਹਾਨੂੰ ਇਹ ਵੀ ਦੱਸਾਂ, 31 ਤਾਈਂ ਮੈਂ ਰੱਖ ਰਿਹਾ, ਮੈਂ ਕੱਲ੍ਹ ਦੱਸਿਆ ਸੀ। ਔਰ ਅਗਰ 31 ਤਾਈਂ ਇਹ ਕਾਬੂ ਨਹੀਂ ਆਉਂਦਾ ਪੰਜਾਬ, ਤਾਂ ਮੈਂ ਹੋਰ ਸਖਤੀ ਕਰੂੰਗਾ। ਮੈਂ ਪੰਜਾਬੀਆਂ ਦੀ ਜਾਨ ਬਚਾਉਣੀ ਹੈ। ਮੈਂ ਨਹੀਂ ਦੇਖਣਾ ਕਿ ਕਿਹੜਾ ਬੰਦਾ ਕੋਈ ਇੱਧਰ ਨਿਕਲ ਕੇ ਕਿਸੇ ਦੇ ਨਾਲ ਜਾ ਕੇ ਉੱਥੇ ਕੋਈ ਪਾਰਟੀਆਂ ਕਰੋ ਜਾਂ ਹੋਰ ਚੀਜ਼ਾਂ ਕਰੋ। ਮੇਰਾ ਕੰਮ ਹੈ ਪੰਜਾਬ ਦੀ ਜਾਨਾਂ, ਪੰਜਾਬੀਆਂ ਦੀ ਜਾਨਾਂ ਬਚਾਉਣੀਆਂ, ਔਰ ਉਹਦੇ ਵਾਸਤੇ ਜੋ ਵੀ ਮੈਨੂੰ ਕਦਮ ਚੱਕਣੇ ਪੈਣਗੇ ਮੈਂ ਚੱਕੂੰਗਾ। ਸ਼ੁੱਕਰਵਾਰ ਨੂੰ ਟ੍ਰਾਈ ਸਿਟੀ ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋਈ ਹੈ। ਉੱਥੇ ਹੀ 316 ਨਵੇਂ ਕੇਸ ਆਏ ਨੇ। ਕੇਸ ਵਾਧੇ ਦੇ ਪੰਜਾਬ ਅਤੇ ਹਰਿਆਣਾ ਤੋਂ ਬਾਅਦ ਚੰਡੀਗੜ੍ਹ ਨੇ ਵੀ ਸ਼ੁੱਕਰਵਾਰ ਦੇਰ ਰਾਤ ਵੀਕਐਂਡ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਕ VP ਸਿੰਘ ਬਦਨੌਰ ਅਤੇ ਸਲਾਹਕਾਰ ਮਨੋਜ ਪਰਿਦਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦੇ ਅਨੁਸਾਰ ਹੁਣ ਤੋਂ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਦੌਰਾਨ ਲਾਜ਼ਮੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਚੰਡੀਗੜ੍ਹ 'ਚ ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨੇ ਦਸਤਕ ਦਿੱਤੀ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਤੇ ਕਰ ਵਿਭਾਗ ਦੇ 12 ਉੱਚ ਅਧਿਕਾਰੀਆਂ ਦੇ ਸਮੇਤ 4 ਪ੍ਰਾਈਵੇਟ ਵਿਅਕਤੀਆਂ ਖਿਲਾਫ ਮਾਮਲਾ ਦਰਜ, ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਖਿਲਾਫ ਆਬਕਾਰੀ ਕਾਨੂੰਨ ਦੀ ਧਾਰਾ 7,
7A ਅਤੇ 8 ਸਮੇਤ ਤਾਜ਼ੀ ਰਾਤੇ ਹਿੰਦੀਆਂ ਵੱਖ-ਵੱਖ ਤਰਾਵਾਂ 429, 465, 467, 471, 120B ਹੇਠ ਵਿਜੀਲੈਂਸ ਬਿਊਰੋ ਦੇ ਉਡਨ ਦਸਤਾ 1 ਦੇ ਥਾਣਾ ਮੁਹਾਲੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਨੇ। ਦੱਸ ਦਈਏ ਕਿ ਰਾਜ ਵਿੱਚ ਆਬਕਾਰੀ ਅਤੇ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਵਪਾਰੀਆਂ ਨਾਲ ਮਿਲੀਭੁਗਤ ਰਾਹੀਂ ਅੱਜ ਅੰਦਰ ਟੈਕਸ ਚੋਰੀ ਨੂੰ ਰੋਕਣ ਲਈ ਇੱਕ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਭਾਗੀਦਾਰ ਬਣ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਸੀ। ਵਿਜੀਲੈਂਸ ਬਿਊਰੋ ਨੇ ਕਾਰਵਾਈ ਕਰਦਿਆਂ ਇਨ੍ਹਾਂ ਅਧਿਕਾਰੀਆਂ ਅਤੇ ਵਪਾਰੀਆਂ ਖਿਲਾਫ ਦੋ ਪਰਚੇ ਦਰਜ ਕੀਤੇ ਨੇ। ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਤਸਵੀਰਾਂ ਸਾਹਮਣੇ ਆਈਆਂ ਨੇ ਖੰਨਾ ਸ਼ਹਿਰ ਦੇ ਮਲੇਰਕੋਟਲਾ ਰੋਡ, ਜੀਟੀ ਰੋਡ ਅਤੇ ਮੇਨ ਬਾਜ਼ਾਰ ਤੋਂ, ਜੋ ਤੁਹਾਨੂੰ ਇੱਕ ਵਾਰ ਜ਼ਰੂਰ ਹੈਰਾਨ ਕਰ ਦੇਣਗੀਆਂ। ਕੈਪਟਨ ਸਰਕਾਰ ਵੱਲੋਂ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰੇ ਪੰਜਾਬ 'ਚ ਕਰਫਿਊ ਦਾ ਐਲਾਨ ਕਰਨ ਦੇ ਬਾਵਜੂਦ ਲੋਕ ਬੇਖੌਫ ਹੋ ਕੇ ਸਰਕਾਰ ਦੇ ਨਿਯਮਾਂ ਨੂੰ ਠੇਂਗਾ ਵਿਖਾਉਂਦੇ ਹੋਏ ਬਿਨਾਂ ਮਾਸਕ ਤੋਂ ਬੇਖੌਫ ਸੜਕਾਂ ਤੇ ਘੁੰਮ ਰਹੇ ਨੇ। ਹਾਲਾਂਕਿ ਬਹੁਤੇ ਦੁਕਾਨਦਾਰਾਂ ਦੇ ਵੱਲੋਂ ਵੀ ਕਰਫਿਊ ਦੌਰਾਨ ਆਪਣੀਆਂ ਦੁਕਾਨਾਂ ਖੋਲੀਆਂ ਰੱਖੀਆਂ ਗਈਆਂ। ਪ੍ਰਸ਼ਾਸਨ ਵੱਲੋਂ ਵੀ ਦੁਕਾਨਦਾਰਾਂ ਨੂੰ ਕਰਫਿਊ ਦੌਰਾਨ ਦੁਕਾਨਾਂ ਨਾ ਖੋਲਣ ਦੀ ਅਪੀਲ ਜ਼ਰੂਰ ਕੀਤੀ ਗਈ, ਪਰੰਤੂ ਖੰਨਾ ਸ਼ਹਿਰ ਦੇ ਲੋਕ ਕੋਰੋਨਾ ਮਹਾਮਾਰੀ ਦੀ ਪਰਵਾਹ ਨਾ ਕਰਦੇ ਹੋਏ ਕੈਪਟਨ ਸਰਕਾਰ ਦੇ ਹੁਕਮਾਂ ਨੂੰ ਠੇਂਗਾ ਵਿਖਾਉਂਦੇ ਜ਼ਰੂਰ ਨਜ਼ਰ ਆਏ। ਗੌਰਮੈਂਟ ਦੀਆਂ ਹਦਾਇਤਾਂ ਹੈਗੀਆਂ ਨੇ, ਜਿਵੇਂ ਕਾਨੂੰਨ ਬਣਿਆ ਹੋਇਆ ਵੀ 6:15 ਵਜੇ ਲੋਕ ਆਪਣੇ ਘਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਘਰ 'ਚ ਰਹਿਣ, ਆਪਣੇ ਪਰਿਵਾਰਾਂ 'ਚ ਬੈਠਣ। ਬਾਕੀ ਰੇਹੜੀਆਂ ਵਾਲੇ ਨੇ, ਹੋਰ ਨੇ, ਇਹ 9 ਵਜੇ ਤਾਂ ਖੜ੍ਹੇ ਰਹਿੰਦੇ ਨੇ, ਇਹਨਾਂ ਨੂੰ ਵੀ ਚਾਹੀਦਾ ਵੀ ਇਹ 6:15 ਵਜੇ ਆਪਣੇ ਘਰ 'ਚ ਜਾਣਾ। ਤੁਹਾਡੇ ਲਾਗੇ ਦੇਖਣ 'ਚ ਆਇਆ ਕੋਈ ਸੋਸ਼ਲ ਡਿਸਟੈਂਸ ਜਾਂ ਮਾਸਕ ਵਗੈਰਾ ਜਾਂ ਗਲਾਵਜ਼ ਵਗੈਰਾ ਵੀ ਪਹਿਨਦੇ? ਇਹਨਾਂ 'ਚ ਕੋਈ ਡਿਸਟੈਂਸ ਰੱਖਦੇ ਨਾ, ਸੋਸ਼ਲ ਡਿਸਟੈਂਸ ਰੱਖਦੇ ਨੇ। ਇਹਨਾਂ ਨੂੰ ਕੋਈ ਵੀ ਹੈ ਨਹੀਂ, ਅਸੀਂ ਸੋਚ ਇਹਨਾਂ ਦੀ ਇਹ ਆਮ ਲੋਕਾਂ ਨੂੰ ਫਿਰਦੇ ਨੇ, ਆਮ ਲੋਕਾਂ ਰੇਹੜੀ ਲਾਉਂਦੇ ਨੇ, ਕੋਈ ਮਾਸਕ ਨਹੀਂ ਪਹਿਨਦੇ। ਮਤਲਬ ਸਰ ਪੈਸੇ ਕਮਾਉਣ ਤੱਕ ਹੀ ਸੀਮਤ ਨੇ? ਇਹਨਾਂ ਨੇ ਪੈਸਾ ਕਮਾਉਣਾ, ਪੈਸਾ ਪਾ ਕੇ ਘੱਟਿਆ ਜਾਣਾ ਬਸ। ਡਾਕਟਰ ਸਾਹਿਬ, ਦਿਨੋ ਦਿਨ ਬਿਮਾਰੀ ਵੱਧਦੀ ਜਾ ਰਹੀ ਹੈ, ਉਹਦੇ ਬਾਰੇ ਕੀ ਕਹੋ? ਇਹ ਬਿਮਾਰੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਬਿਮਾਰੀ ਬਾਹਰੋਂ ਆਈ ਹੈ, ਇਹਨੂੰ ਨਾ ਸੰਭਾਲਿਆ ਗਿਆ। ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਵੀ ਲੋਕਾਂ ਨੂੰ ਕਾਨੂੰਨ ਦੇ ਮੁਤਾਬਕ ਹਦਾਇਤਾਂ ਨੂੰ ਪਾਲਣਾ ਕਰਕੇ ਆਪਣਾ ਕੰਮ ਕਰਨਾ ਚਾਹੀਦਾ ਹੈ। ਆਪਾਂ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਹਰ ਬੰਦਾ ਆਪਣੀ ਜ਼ਿੰਮੇਵਾਰੀ ਆ ਸਮਝੇ ਤਾਂ ਕਿ ਦੂਸਰਾ ਵੀ ਬੰਦਾ ਆਪਣੇ ਜ਼ਿੰਮੇਵਾਰੀਆਂ ਨੂੰ ਆਪ ਪੂਰਾ ਕਰੇ। ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਨੇ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੇ ਅਨੁਸਾਰ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਕੀਤਾ ਗਿਆ ਹੈ, ਪਰੰਤੂ ਬਰਨਾਲਾ ਜ਼ਿਲ੍ਹੇ ਦੇ ਸ਼ਹਿਰ ਟੱਪਾ ਵਿਖੇ ਸ਼ਰਾਬ ਦੇ ਸਮੂਹ ਠੇਕੇ 7 ਵਜੇ ਤੋਂ ਬਾਅਦ ਵੀ ਰਾਤ ਤੱਕ ਖੁੱਲ੍ਹੇ ਵਿਖਾਈ ਦਿੱਤੇ ਅਤੇ ਪਿਆਕੜਾਂ ਨੂੰ ਮੌਜ ਲੱਗੀ ਰਹੀ। ਜ਼ਿਕਰਯੋਗ ਹੈ ਕਿ ਟੱਪਾ ਦੇ ਅੰਦਰਲੇ ਬੱਸ ਅੱਡੇ 'ਚ ਖੁੱਲ੍ਹੇ ਹੋਏ ਠੇਕੇ ਤੇ ਸ਼ਰਾਬ ਤੇ ਪਿਆਕੜਾਂ ਦੀ ਭੀੜ ਲੱਗੀ ਦੇਖੀ ਜਾ ਸਕਦੀ ਹੈ, ਜਦਕਿ ਪ੍ਰਸ਼ਾਸਨ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ 7 ਵਜੇ ਬੰਦ ਕਰਨ ਦੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਸਨ, ਜਿਸ ਤਹਿਤ ਸਮੂਹ ਬਾਜ਼ਾਰ ਤਾਂ ਬੰਦ ਵਿਖਾਈ ਦਿੱਤਾ ਪਰ ਸ਼ਰਾਬ ਦੇ ਠੇਕੇ ਪ੍ਰਸ਼ਾਸਨ ਦੀ ਨੱਕ ਹੇਠ ਖੁੱਲ੍ਹੇ ਹੋਣ ਤੇ ਲੋਕਾਂ ਨੇ ਚਰਚਾ ਦੌਰਾਨ ਆਪਣਾ ਰੋਸ ਪ੍ਰਗਟ ਕੀਤਾ। ਬੁਲੇਟਿਨ ਦੇ ਆਖਿਰ ਵਿੱਚ ਇੱਕ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਤੇ। ਮੌਸਮ ਵਿਭਾਗ ਦੇ ਮੁਤਾਬਕ ਮੌਨਸੂਨ ਦੇ ਚੱਲਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਾਰਿਸ਼ ਦੀ ਆਮਦ ਜਾਰੀ ਰਹੇਗੀ। ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ, ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਤੋਂ ਇਲਾਵਾ ਉੜੀਸਾ, ਪੱਛਮੀ ਬੰਗਾਲ, ਝਾਰਖੰਡ, ਉੱਤਰੀ ਤੇਲੰਗਾਨਾ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਦਰਮਿਆਨੀ ਬਾਰਿਸ਼ ਸੰਭਵ ਹੈ। ਪੂਰਬੀ ਰਾਜਸਥਾਨ, ਕੋਂਕਣ, ਗੋਆ, ਕਰਨਾਟਕਾ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ। ਮਹਾਰਾਸ਼ਟਰ 'ਚ ਮੁੰਬਈ, ਥਾਣੇ, ਰਾਏਗੜ੍ਹ, ਪਾਲਗੜ੍ਹ ਜ਼ਿਲ੍ਹਿਆਂ 'ਚ ਅਗਲੇ 24 ਘੰਟਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਵਿਦਰਭਾ 'ਚ ਅਗਲੇ 24 ਘੰਟਿਆਂ ਲਈ ਬਹੁਤ ਭਾਰੀ ਬਾਰਿਸ਼ ਦੇ ਚੱਲਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ।